ਸਤਿ ਸ੍ਰੀ ਅਕਾਲ ਜੀ, ਮੈਂ ਥਾਰਾ ਗੱਲਾਂ ਗਲਾਕੜ ਪਰਮਜੀਤ ਲਾਡਾ ਵੀਰ। 26 ਜਨਵਰੀ ਵਾਲੇ ਦਿਨ ਝੰਡਾ ਚੜੇਗਾ, ਔਰ ਇੱਧਰ ਕੈਪਟਨ ਅਮਰਿੰਦਰ 1,60,000 ਟੈਲੀਫੋਨ ਸਾਰਿਆਂ ਨੂੰ ਵੰਡੇਗਾ, ਕਹਾ ਵੀ ਲਓ ਨਜ਼ਾਰੇ। ਔਰ ਦੂਸਰੀ ਬੜੀ ਖਬਰ ਜਿਹੜੀ BJP ਇਹ ਸਿੱਧੂ ਉੱਪਰ ਇਹਨਾਂ ਨੇ ਮਾਰਿਆ ਬੜਾ ਇੱਕ ਹਮਲਾ, ਕਹ ਸਲੀਪਰ ਸੈੱਲ ਕਰਾਰ ਕਰਤਾ ਹੈਗਾ। ਪਾਕਿਸਤਾਨ ਜਾ ਵੀਰ, ਕਹਾ ਉਰਾ ਤੇਰੀ ਕੋਈ ਲੋੜ ਨਹੀਂ। ਇਹ ਜਿਹੜਾ BJP ਦਾ ਲੀਡਰ ਤਰਨ ਚੁੰਗ ਨੇ ਕਿਹਾ ਜੀ, ਔਰ ਇਹ ਕਹਿ ਲਓ ਵੀ ਅੱਜ ਜ਼ਿਮੀਦਾਰ ਭਾਈ ਇਹ ਰੇਲ ਗੱਡੀਆਂ ਰੋਕਣਗੇ ਪਲੈਨ ਦੇ ਵਿੱਚ। ਕੈਪਟਨ ਅਮਰਿੰਦਰ ਇਹ ਕਹਿ ਲਓ ਵੀ ਉਦਯੋਗਪਤੀਆਂ ਨੂੰ ਇਵ ਸਾਮਲਾਟ ਜ਼ਮੀਨਾਂ ਵੇਚੇਗਾ, ਕੈਪਟਨ ਸਾਮਲਾਟ ਜ਼ਮੀਨਾਂ ਵੇਚੇਗਾ, ਔਰ ਫਿਰ ਮਾਰੇ ਦੇਸ਼ ਦਾ ਪ੍ਰਧਾਨ ਮੰਤਰੀ ਪਿੱਛਾ ਕਿੱਥਾ ਰਹਿ ਜਾਏਗਾ। ਬਹੁ ਅੰਮ੍ਰਿਤਸਰ ਨੂੰ ਲੈ ਕੇ ਅੰਮ੍ਰਿਤਸਰ ਦੇ 6 ਹਵਾਈ ਅੱਡੇ, ਔਰ ਇਹ ਕਹਿ ਲਓ ਵੀ ਦੇਸ਼ ਕੇ ਹਵਾਈ ਅੱਡਿਆਂ ਨੂੰ ਵੇਚਣ ਦੀ ਤਿਆਰੀ ਦੇ ਵਿੱਚ ਵਾ। ਇਹ ਕਹਿ ਲਓ ਬਾਈ ਇਹ ਵੀ ਧੀਰੂ ਭਾਈ ਅੰਬਾਨੀ ਕੇ ਛੋਕਰੇ ਪਾ ਜਾ ਰਿਹਾ, ਇਸ ਤਰ੍ਹਾਂ ਖਬਰ ਨਿਕਲਦਾ ਇਹ ਵੀ ਸੁਣਾਵਾਂਗਾ। ਪਹਿਲੀ ਖਬਰ ਦੇ ਉੱਪਰ ਚੱਲਾਂ ਵੀਰ, 26 ਜਨਵਰੀ ਵਾਲੇ ਦਿਨ ਹੋ ਜਾਓ ਤਿਆਰ, ਇੱਧਰ ਚੜੇਗਾ ਝੰਡਾ ਔਰ ਲਾਵਾ ਕਾ ਟੈਲੀਫੋਨ ਮਿਲੇਗਾ ਤੁਹਾਨੂੰ, ਨਾ ਧੋ ਕਾ ਪਹੁੰਚ ਜਾਓ 26 ਜਨਵਰੀ ਵਾਲੇ ਦਿਨ, ਇਹ ਸਮਾਰਟਫੋਨ ਬਣਨਗੇ ਵੀਰ। ਚਲੋ ਫਿਰ ਕਿਆ ਹੋਇਆ, ਖਜ਼ਾਨੇ ਮੈਂ ਪੈਸੇ ਹੈ ਨਹੀਂ, ਇਹ ਕਹਿ ਲਓ ਵੀਰ ਪੈਸੇ ਹੈ ਨਹੀਂ ਫਿਰ ਵੀ ਦੇਖ ਲਓ ਹੌਸਲਾ ਰੱਖਣਾ, ਇਹ ਬਹੁਤ ਬੜੀ ਬਾਤ ਹੋਵਾ ਵੀਰ। ਦੇਖ ਲਓ ਜੇ ਮੈਂ ਧੇਲਾ ਨਹੀਂ ਮੇਲਾ ਦੇਖਣ ਜਾ ਰਹੇ, ਦੇਖੋ ਇਹ ਕਿਤਨੀ ਬੜੀ ਬਾਤ। ਇਹ ਕਾਂਗਰਸ ਸਰਕਾਰ ਦਾ ਹਾਲ ਹੋ ਰਿਹਾ, 26 ਜਨਵਰੀ ਨੂੰ ਕਹਾ 1,60,000 ਇਹ ਵਿਦਿਆਰਥੀਆਂ ਨੂੰ ਕਹਾ ਸਮਾਰਟਫੋਨ ਦੇ ਦੇਗੇ। ਪਹਿਲੇ ਜਿਹੜੇ ਵਿੱਚ ਮੈਂ 11ਵੀਂ ਔਰ 12ਵੀਂ ਵਾਲੇ ਨਿਆਣਿਆਂ ਨੂੰ ਦਏਗੇ, ਇਹ ਲਏਗੇ ਨਜ਼ਾਰੇ ਲੁੱਟੇਗਾ ਪੂਰੇ। ਔਰ ਵੀਰ ਦੂਸਰੀ ਬਾਤ ਕਹਾ, ਮੁੱਖ ਮੰਤਰੀ ਨੇ ਟਵਿੱਟਰ ਕਰਕੇ ਇਸਦੀ ਜਾਣਕਾਰੀ ਸਾਰਿਆਂ ਨਾਲ ਸਾਂਝੀ ਕਰੇਗਾ। ਵੀਰ ਚਿੰਤਾ ਨਾ ਕਰੋ, ਟੈਲੀਫੋਨ ਤੁਹਾਡੇ ਤਿਆਰ ਪਏ, ਬਸ ਕਹਾ ਵੰਡਣੇ ਰਹਿ ਗਏ, ਟਾਈਮ ਨਹੀਂ ਲੱਗ ਰਿਹਾ। ਔਰ ਦੂਸਰੀ ਬਾਤ ਇਹ ਕਹਿ ਲਓ ਬਈ ਇੱਧਰ ਕੈਪਟਨ ਅਮਰਿੰਦਰ ਟੈਲੀਫੋਨ ਵੰਡਣ ਦੀ ਤਿਆਰੀ ਕਰ ਰਿਹਾ, ਉੱਧਰ ਬਾਪੂ ਗੁਰਦਾਸ ਬਾਦਲ ਕਾ ਛੋਕਰਾ ਮਨਪ੍ਰੀਤ ਬਾਦਲ ਇਹ ਕਹਿ ਰਿਹਾ ਨੂੰ ਤਨਖਾਹ ਦੇਣਗੇ, ਪੈਸੇ ਹੈ ਨਹੀਂ। ਇੱਕ ਉਹ ਨਹੀਂ ਇਨਕੀ ਸਮਝ ਲੱਗਦੀ ਵੀ ਬਿਆਨ ਤੋਂ ਇਕੱਠੇ ਕਰ ਲਓ ਦੋਵੇਂ ਜਣੇ। ਔਰ ਵਿੱਤ ਮੰਤਰੀ ਕਹਿ ਰਿਹਾ ਪੈਸੇ ਤਨਖਾਹ ਜੋਗੇ ਹੈ ਨਹੀਂ, ਔਰ ਮੁੱਖ ਮੰਤਰੀ ਕਹਿ ਰਿਹਾ ਕਹਾ 1,00,000 ਦੇ ਉੱਪਰ ਕਾ ਟੈਲੀਫੋਨ ਵੰਡਣੇ ਮਨ, ਔਰ 4,100 ਕਰੋੜ ਰੁਪਇਆ ਕਾ GST ਕਾ ਬਕਾਇਆ ਕੇਂਦਰ ਦੰਦਾ ਨਹੀਂ, ਇੱਧਰ ਟੈਲੀਫੋਨ ਵੰਡਣੇ ਬਾਤਾਂ ਹੋ ਰਹੀਆਂ। ਔਰ ਅਮਰਿੰਦਰ ਸਿੰਘ ਤੋਂ 2 ਮਹੀਨਿਆਂ ਵਿੱਚ ਸਮਾਰਟਫੋਨ ਵੰਡਣ ਕੀ ਬਾਤਾਂ ਕਰ ਰਿਹਾ ਵੀਰ। ਜੋ ਕਹਿ ਲਓ ਟਵਿੱਟਰ ਵੀ ਆਇਆ, ਮੈਂ ਝੂਠ ਨਹੀਂ ਬੋਲ ਰਿਹਾ ਵੀਰ, ਟੈਲੀਫੋਨ ਕੀ ਫੋਟੋ ਵੀ ਪਾਈ ਕੈਪਟਨ ਅਮਰਿੰਦਰ ਨੇ। ਇਹ ਕਹਿ ਲਓ ਵੀਰ ਇਹ ਸਵਾਲ ਹੀ ਬਣਾ ਇਸ ਬਾਤ ਵਾ ਬਣ ਗਿਆ, ਕਹਿ ਰਹੇ ਵੀਰ ਵੀ ਜੇ ਟੈਲੀਫੋਨ ਵੰਡਣੇ ਪੈਸੇ ਕਿੱਥੇ ਤੇ ਆਵੇਗਾ ਜੀ, ਦੱਸੋ ਵੀ ਇਹ ਕਿਹੜੀ ਮੋਰਨੀ ਸੂਗੀ ਕਿਤੇ ਵੀ ਜਾ ਕੇ ਵੀ ਪੈਸੇ ਉੱਥੇ ਇਕੱਠੇ ਕਰ ਲੇਂਗੇ। ਇਹ ਉੱਧਰ ਇਹ ਬਾਤ ਕਾ ਈ ਬੜਾ ਰੌਲਾ ਹੋ ਗਿਆ। ਕੱਲ ਵੀ ਬੜੀ ਮੀਟਿੰਗ ਰੱਖੀ ਦੀ ਇਹਨਾਂ ਨੇ, ਕੱਲ ਉੱਥਾ ਗਏ ਤੇ ਔਰ ਮੀਟਿੰਗ ਕਰੀ, ਕੱਲ ਉੱਥਾ ਕਹਾ ਵੀ ਯਾਰ ਇਹ ਪੈਸੇ ਕਿਸ ਤਰ੍ਹਾਂ ਕਰਾਂ ਸੈੱਟ ਇਕੱਠੇ, ਵੀ ਉਹ ਤੋਂ ਬਹੁਤ ਔਖਾ ਹੋ ਗਿਆ। ਕੈਪਟਨ ਕੇ ਫਾਰਮ ਹਾਊਸ ਪਰ ਗਏ ਤੇ ਸਾਰੇ ਇਕੱਠੇ ਹੋ ਗਏ ਨਾ ਤੋ ਕਾ, ਔਰ 3 ਘੰਟੇ ਬਾਤਾਂ ਬੂਤਾਂ ਕਰੀਆਂ, ਵਿੱਤ ਮੰਤਰੀ ਫੇਰ ਚੁੱਪ, ਔਰ ਫੇਰ ਇਹ ਨਿਕਲ ਕੇ ਆਈ ਬਾਤ ਜਿਹੜੀ ਸਾਹਮਣੇ ਵਾ, ਕਹਿ ਰਹੇ ਬਈ ਕੈਪਟਨ ਅਮਰਿੰਦਰ ਜਿਹੜੇ ਪੰਜਾਬ ਕੇ ਬੜੇ ਉਦਯੋਗਪਤੀ ਇਹਨਾਂ ਨੂੰ ਕਹਿ ਸਾਮਲਾਟ ਜ਼ਮੀਨਾਂ ਵੇਚਣ ਨੂੰ ਤਿਆਰ ਖੜਿਆ। ਇਹ ਪੰਜਾਬ ਕੇ ਵਿੱਚ ਮੈਂ ਜਿਹੜੀਆਂ ਪੰਚਾਇਤੀ ਜ਼ਮੀਨਾਂ ਸਰਕਾਰ ਕਾ ਵੇਚਣ ਦੀ ਤਿਆਰੀ ਦੇ ਵਿੱਚ ਮੈਂ ਸਾਮਲਾਟ ਜ਼ਮੀਨਾਂ ਜਿਹੜੀਆਂ ਕੈਪਟਨ ਅਮਰਿੰਦਰ ਕਹਾ ਸਰਕਾਰ ਫੈਕਟਰੀਆਂ ਬਣਾਏਗਾ, ਉਹਦਾ ਫੈਕਟਰੀਆਂ ਬਣਾਊਗਾ, ਉਹੀ ਕਹਾ ਲੋਕਾਂ ਨੇ ਦੱਬੀਆਂ ਵੀਆਂ ਰੂੜੀਆਂ ਬਣਾਈਆਂ, ਉੱਥਾ ਛੱਪੜ ਬਣਾਏ ਵੇ, ਕਹਾ ਲੋਕਾਂ ਨੂੰ ਉਹਦੀ ਦੱਕਾ ਬਜਾ ਕਰਿਆ ਵਾ। ਔਰ ਮੁੱਖ ਮੰਤਰੀ ਕਹਿ ਰਿਹਾ ਪਟਿਆਲੇ ਦੇ ਸ਼ੁਰੂ ਕਰੋਗਾ। ਰਾਜਪੁਰੇ ਦੇ ਵਿੱਚ ਮੈਂ ਸਰਕਾਰ ਨੇ 100 ਏਕੜ ਜ਼ਮੀਨ ਕੀ ਨਿਸ਼ਾਨ ਕਰ ਲਿਆ, ਕਹਾ ਵੀ ਲਾਓ ਨਿਸ਼ਾਨ ਪੂਰਾ ਕਰ, ਗਲੋਬਲ ਮੈਨੂਫੈਕਚਰਿੰਗ ਐਂਡ ਨੋਬਲ ਪਾਰਕ ਬਣਾਏਗੇ ਕਹਾ ਉਰਾ। ਫਿਰ ਰਾਜਪੁਰੇ ਕਿਤੇ ਬਣ ਗਈ ਚਾਂਦੀ ਵੀਰ, ਈ ਪੂਰਾ ਪਲਾਟ ਬਹੁਤ ਮਹਿੰਗੇ ਹੋ ਜਾਣਗੇ ਵੀਰ ਅੱਗਾ। ਈ ਕਹਿ ਸਰਕਾਰ ਨੇ 1,000 ਕਰੋੜ ਰੁਪਇਆ ਬਜਟ ਰੱਖਿਆ ਇਸ ਬਾਤ ਕਾ, ਕਹਿ ਤੋ ਦੀ ਇੰਡਸਟਰੀ ਕਾ ਵਧਾਵੇਂਗੇ ਉਰਾ ਕਾ, ਫੈਕਟਰੀਆਂ ਲਾਵੇਂਗਾ ਉਰਾ, ਕਿਆ ਬਾਤਾਂ ਕਰ ਰਹੇ ਥਮ। ਔਰ ਵੀਰ 27 ਦਸੰਬਰ 2017 ਨੂੰ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਔਰ ਵੀਰ ਇਸਕੇ ਵਿੱਚ ਮੈਂ ਯੋਜਨਾ ਨੂੰ ਹਰੀ ਝੰਡੀ ਦੇ ਦੀ, ਰੇਲ ਗੱਡੀ ਵਾਲਾ TT ਹਰੀ ਝੰਡੀ ਦੇਦਾ ਵੀ ਚਲਾ ਦਿਓ ਗੱਡੀ ਚੱਲ ਗਈ। ਔਰ ਰਾਜਪੁਰੇ ਵਿੱਚ ਮੈਂ ਇਹ ਪ੍ਰੋਜੈਕਟ PSIEC ਯਾਨੀ ਪੰਜਾਬ ਸਮਾਲ ਇੰਡਸਟਰੀ ਐਕਸਪੋਰਟ ਕਾਰਪੋਰੇਸ਼ਨ ਤਿਆਰ ਕਰਨ ਦੀ ਬਾਤ ਬਣ ਗਈ, ਔਰ 5 ਪਿੰਡਾਂ ਦੇ ਵਿੱਚ ਮੈਂ ਇਹ ਕਹਿ ਰਹੇ ਵੀਰ 1,000 ਏਕੜ ਰਕਬਾ ਕਾ ਹੈ ਵੀ ਆਪਾਂ ਨੇ ਕਰ ਲਿਆ ਲਾ ਲਈ ਲੈਣ। ਇਹ ਪਿੰਡ ਸੇਰਾ ਇਹ ਪਵਾ ਉਰਾ ਕਾ 667 ਏਕੜ ਜ਼ਮੀਨ, ਔਰ ਸੇਰੀ ਦੇ ਵਿੱਚ ਮੈਂ 169 ਏਕੜ ਜ਼ਮੀਨ, ਆਕੜੀ ਪਿੰਡ ਕੀ 168, ਔਰ ਪਵਰਾ ਪਿੰਡ ਕੀ 159, ਔਰ ਤਖਤੂ ਮਾਜਰੇ ਕੀ ਪਿੰਡ ਕੀ ਜ਼ਮੀਨ 67 ਏਕੜ ਅਲਾਟ ਕਰਤੀ। ਕਾ ਉਰਾ ਬਣਾਓ ਕਾ ਫੈਕਟਰੀਆਂ ਕਾ, ਚੱਕ ਦੋ ਫੱਟੇ ਕਾ, ਕੋਈ ਬਾਤ ਨਹੀਂ, ਟੈਲੀਫੋਨ ਗਿਆ ਮੋਬਾਈਲ ਫੋਨ ਜੋ ਕਹਾ ਬਾਈ। ਜੋ ਕਹਿ ਲਓ ਵੀ ਸਾਮਲਾਟ ਜ਼ਮੀਨਾਂ ਵੇਚਣ ਦੀ ਤਿਆਰੀ ਕਰ ਲਈ, ਪੰਚਾਇਤੀ ਜ਼ਮੀਨਾਂ ਫੈਕਟਰੀਆਂ ਵੇਚੇਂਗੇ। ਔਰ ਇਹ ਵੀਰ
ਕੈਪਟਨ ਨੇ ਤਾਂ ਕੱਲ ਕਿਹਾ ਜ਼ਮੀਨਾਂ ਵੇਚਣਗੇ, ਉੱਧਰ ਮੋਦੀ 6 ਹਵਾਈ ਅੱਡੇ ਵੇਚਣ ਨੂੰ ਤਿਆਰ ਖੜਿਆ ਵੀਰ। ਆਰਥਿਕ ਸੰਕਟ ਮਾ ਚੱਲ ਰਹੀ ਮੋਦੀ ਸਰਕਾਰ, ਈ ਵੀ ਕਹਿ ਰਹੇ ਵੀ ਸਰਕਾਰੀ ਅਧਾਰਿਆਂ ਨੂੰ ਨਿੱਜੀ ਹੱਤਾਂ ਵਿੱਚ ਮੈਂ ਵੇਚਣ ਕੇ ਰਾਹ ਪੈ ਗਈ ਮੋਦੀ ਸਰਕਾਰ। ਭਾਈਓ ਬਹਿਣੋ, ਦੇਸ਼ ਨੇ ਬਹੁਤ ਤਰੱਕੀ ਕੀ ਆ, ਕਿਆ ਤਰੱਕੀ ਕਰ, ਸਾਰੇ ਹਵਾਈ ਅੱਡੇ ਵੇਚਤੇ ਵੀਰ ਇਹਨਾਂ ਨੇ, ਏਅਰਲਾਈਨ ਵੀ ਵੇਚਣੇ ਫਿਰ ਰਹੇ, ਆਹ 6 ਹਵਾਈ ਅੱਡੇ ਵੇਚਣੇ ਦੀ ਤਿਆਰੀ ਕਰਤੀ। ਭਾਰਤੀ ਹਵਾਈ ਅੱਡਾ ਅਥਾਰਟੀ ਵਾਲਿਆਂ ਨੇ ਪੰਜਾਬ ਕੇ ਅੰਮ੍ਰਿਤਸਰ ਤੇ ਨਾਲ 6 ਹਵਾਈ ਅੱਡੇ ਹੋਰ ਨਿੱਜੀਕਰਨ ਕਰਨ ਦੀ ਸਿਫਾਰਿਸ਼ ਕਰਦੇ। ਪੂਰਾ ਖਾ ਜੀ ਪ੍ਰਾਈਵੇਟ ਬੰਦੇ ਲਾਓ, ਇਹ ਸਰਕਾਰੀ ਵੀ ਤਾਂ ਢੱਕਾ ਨਹੀਂ ਤੋੜਦੇ, ਖਾ ਕੁਛ ਨਹੀਂ ਕਰਦੇ, ਝਾੜੂ ਮਾਰਨ ਵਾਲਾ ਝਾੜੂ ਨਹੀਂ ਮਾਰਦਾ, ਐਂ ਟੈਲੀਫੋਨ ਵਾਲਾ ਟੈਲੀਫੋਨ ਨਹੀਂ ਕਰਦਾ। ਸੀਨੀਅਰ ਅਧਿਕਾਰੀਆਂ ਨੇ ਉਹ ਕੱਲ੍ਹ ਵੀ ਅਥਾਰਟੀ ਇਹ ਕੇਂਦਰ ਸਰਕਾਰ ਨੂੰ ਅੰਮ੍ਰਿਤਸਰ, ਵਾਰਾਣਸੀ, ਭੁਵਨੇਸ਼ਵਰ, ਇੰਦੌਰ, ਰਾਏਪੁਰ, ਜੋ ਤ੍ਰਿਚੀ ਕਾ ਜਿਹੜਾ ਹਵਾਈ ਅੱਡਾ, ਕਹਾ ਉਰਾ ਨਿੱਜੀਕਰਨ ਕਰੋ ਜੀ, ਕਹਾ ਉਰਾ ਬੰਦੇ ਪ੍ਰਾਈਵੇਟ ਖੜੇ ਕਰੋ, ਕਹਾ ਜੀ ਸਰਕਾਰੀ ਕਰੋ ਛੁੱਟੀ। ਔਰ ਕੇਂਦਰ ਸਰਕਾਰ ਨੇ ਉਹ ਗੱਲ ਵੀ ਉਹ ਇਸ ਸਾਲ ਫਰਵਰੀ ਮਹੀਨੇ ਦੇ ਵਿੱਚ ਮਾ ਜਿਹੜਾ ਲਖਨਊ ਵਾਲਾ ਹਵਾਈ ਅੱਡਾ, ਅਹਿਮਦਾਬਾਦ ਵਾਲਾ, ਜੈਪੁਰ ਵਾਲਾ, ਮੈਂਗਲੁਰੂ ਵਾਲਾ, ਤ੍ਰਿਵਿੰਦਰਮਪੁਰਮ ਵਾਲਾ, ਔਰ ਗੁਹਾਟੀ ਵਾਲਾ ਹਵਾਈ ਅੱਡਾ, ਜੋ ਕਾਰਾ ਪ੍ਰਾਈਵੇਟ ਬੰਦਾ ਦੇ ਤਿਆ, ਔਰ ਇਸਕਾ ਜੋ ਕਹਿ ਲਓ ਵਿਕਾਸ ਕਾ ਕੰਮ ਪ੍ਰਾਈਵੇਟ ਪਾਰਟਨਰਸ਼ਿਪ ਕੇ ਵਿੱਚ ਮਾ ਸ਼ੁਰੂ ਕਰਤਾ। ਔਰ ਵੀਰ ਹਮ ਸੁਣ ਕੇ ਦਰਦੀਆਂ ਕੱਢੇ ਗਏ, ਜੋ ਕਿਆ ਬਣ ਗਿਆ ਜੋ ਮੋਦੀ ਨੇ ਵੀਰ ਜੋ ਹਵਾਈ ਅੱਡਿਆਂ ਦਾ ਠੇਕਾ ਦਿਆ ਅੰਡਾਨੀ ਗਰੁੱਪ ਨੂੰ, ਅੰਡਾਨੀ ਨੂੰ ਕਰਤਾ ਮੁਰਾ, ਤਾਂ ਲੇਗਾ ਯਾਤਰੀਆਂ ਦੇ ਗਾ ਜਿਹੜੇ ਉਰਾਵਾਂ ਚੜ੍ਹਨ, ਹਾਜ ਇਹਨਾਂ ਦੇ ਲਓ ਪੈਸੇ ਗਾ, ਹਾਂ ਨਹਾ ਧੋ ਕੇ ਆ ਜਾ ਸਾਰੇ ਜਹਾਜ਼ ਚੜ੍ਹਨ। ਔਰ 6 ਹਵਾਈ ਅੱਡੇ ਕਾ ਪਹਿਲਾਂ ਹੀ ਕਰਤੇ ਗਾ, ਉਹ 6 ਪਹਿਲਾਂ ਹੋ ਗਏ, 6 ਹੋਰ ਕਰਨੇ ਕਿਆ ਉੱਥਾ ਰੌਲਾ ਪਵੇਗਾ, ਕੋਈ ਰੌਲਾ ਪੈਂਦਾ ਵੀਰ। ਇਹ ਅੰਮ੍ਰਿਤਸਰ, ਵਾਰਾਣਸੀ, ਭੁਵਨੇਸ਼ਵਰ, ਇੰਦੌਰ, ਰਾਏਪੁਰ, ਔਰ ਤਿਰਚੀ ਕਾ ਹਵਾਈ ਅੱਡਾ ਵੀਰ ਪ੍ਰਾਈਵੇਟ ਬੰਦਿਆਂ ਦਾ ਜਾ ਰਿਹਾ, ਸਰਕਾਰੀ ਬੰਦਿਆਂ ਨੂੰ ਕਰੇਂਗੇ ਇੱਥੇ ਵਿਹਲੇ। ਔਰ ਇਸਕੇ ਗੈਲ ਗੈਲ ਅੱਜ ਜੋ ਕਹਿ ਲਓ ਵੀਰ ਕਿਸਾਨ ਰੇਲ ਗੱਡੀਆਂ ਰੋਕਣ ਦੀ ਤਿਆਰੀ, ਮੈਂ ਜੇ ਰੇਲ ਗੱਡੀ ਚੜ੍ਹਨੀ ਵੀਰ ਅੱਜ ਟਾਈਮ ਗੈਲ ਚੜ੍ਹ ਕੇ ਆਪਣਾ ਪਹੁੰਚ ਲਿਓ। ਅੰਮ੍ਰਿਤਸਰ ਜ਼ਿਲ੍ਹੇ ਵਿੱਚ ਮੈਂ ਰਾਣਾ ਸ਼ੂਗਰ ਮਿੱਲ ਇਸਕੇ ਸਕੱਤਰੇਤ ਧਰਨਾ ਸ਼ੁਰੂ ਕਰ ਰਹੇਗਾ, ਪਿਛਲੇ 2 ਦਿਨਾਂ ਤੇ ਕਾ ਜੋ ਰੌਲਾ ਪਾ ਰਹੇ ਤੇ ਈਵ ਜ਼ਿਮੀਦਾਰ ਕਰੇ ਬੰਦ ਕਰ ਦੇ ਰੇਲ ਗੱਡੀਆਂ ਦਾ, ਰੇਲ ਗੱਡੀ ਮੂਹਰਾ ਪੈ ਜਾਵੇ, ਰੇਲ ਗੱਡੀਆਂ ਲੈਣ ਕੇ ਪਤੰਬੂ ਲਾ ਕੇ ਬਹਿ ਜਾਂਗੇ ਵੀਰ। ਔਰ ਅਲਟੀਮੇਟ ਯਾਰ ਰੇਲ ਗੱਡੀਆਂ ਰੋਕਣ ਦੀ ਤਿਆਰੀ ਮਾ, ਜੋ ਪ੍ਰੋਗਰਾਮ ਪੈਰ ਫੁੱਲ ਗਏ ਸਰਕਾਰ ਕੇ, ਕਹਾ ਵੀ ਉਹ ਕਿਆ ਬਣ ਰਿਹਾ, ਆਹ ਤਾਲਮੇਲ ਬਣਾਉਣਾ ਸ਼ੁਰੂ ਕਰਦੇ ਆ। ਜਿਹੜੀ ਜਾਣਕਾਰੀ ਮਿਲ ਕੇ ਆਈ, ਜੋ ਜਿਹੜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਗਾ, ਇਹ ਇਹਨਾਂ ਨੇ ਕਿਹਾ ਵੀ ਰਾਣਾ ਸ਼ੂਗਰ ਮਿੱਲ ਵਾਲੇ ਆਇਓ ਪੈਸੇ ਨਹੀਂ ਦਿੰਦੇ ਮਾਰੇ, ਜੋ ਬੰਦਿਆਂ ਨੇ ਵਾਗਣਾ ਗੰਨੇ ਖਾ ਲਏ ਚੂਪ ਲਏ, ਹੈਂ ਕੱਚੀ ਯਾਰੀ ਅੰਬਿਆਂ ਹੀ, ਜੋ ਇਤਨਾ ਥੋੜ੍ਹੀ ਹੋਵੇਗਾ, ਬਾਤ ਬਣਾ ਕੇ ਪੈਸੇ ਦਿੰਦੇ ਨਹੀਂ ਕਹਾ ਮਾਰੇ। ਹਰ ਰਾਣਾ ਸ਼ੂਗਰ ਮਿੱਲ ਕੇ ਬਾਹਰ ਕਹਾ ਧਰਨਾ ਲਾਵੇ, ਗੰਨੇ ਕਹਾ ਮਨੇ ਭੁਗਤਾਨ ਨਹੀਂ ਦਿੰਦੇ, ਬਕਾਇਆ ਦਿੰਦੇਗਾ, ਉਹ ਬਾਤ ਬਣਾ, ਚਲੋ ਖੈਰ ਵੀਰ। ਔਰ ਇਸਕੇ ਗੈਲ ਗੈਲ ਬੀਜੇਪੀ ਵਾਲਿਆਂ ਨੇ ਸਿੱਧੂ ਨੂੰ ਸਲੀਪਰ ਸੈੱਲ ਕਰਾਰ ਕਰਤਾ ਵੀਰ, ਜੋ ਬੀਜੇਪੀ ਦਾ ਲੀਡਰ ਤਰਨ ਚੁੰਗ, ਜੋ ਚੁੰਗ ਕਹਿ ਰਿਹਾ ਕਹਾ ਕਾਂਗਰਸ ਲੀਡਰ ਜੋ ਨਵਜੋਤ ਸਿੱਧੂ ਕਹਾ ਭਾਰਤ ਔਰ ਪਾਕਿਸਤਾਨ ਦੇ ਵਿੱਚ ਸਲੀਪਰ ਸੈੱਲ ਦੀ ਭੂਮਿਕਾ ਅਦਾ ਕਰ ਰਿਹਾ ਕਹਾ, ਜਦੋਂ ਜਾਗਾ ਉੱਥਾਂ ਉੱਧਰ ਕਹਿ ਰਿਹਾ ਜੋ ਮੇਰਾ ਇਮਰਾਨ ਖਾਨ ਮੇਰਾ ਆੜੀ, ਔਰ ਇੱਧਰ ਕਹਾ ਵੀ ਜੋ ਸਰਕਾਰ ਮੇਰੀ, ਜੋ ਥੋੜ੍ਹੀ ਬਾਤ ਬਣਾ ਕਹਾ ਪਾਕਿਸਤਾਨ ਕਾ ਪ੍ਰਧਾਨ ਮੰਤਰੀ ਖਾਨ ਕਾ ਜਾ ਉੱਥੇ ਜਾਗਾ ਗੱਲਾਂ ਮਾਰਾ ਕਹਾ, ਜੋ ਥੋੜ੍ਹੀ ਬਾਤ ਬਣਾ ਪਾਕਿਸਤਾਨ ਕਾ ਰੇਲ ਮੰਤਰੀ ਕਾ ਬਿਆਨ, ਇਸਕਾ ਜਵਾਬ ਦਿਆ ਕਹਾ ਪਾਕਿਸਤਾਨ ਕਾ ਰੇਲ ਮੰਤਰੀ, ਜੋ ਬੇਤੁਕਾ ਇਕਰਾਰ ਕਰਦਾ ਕਹਾ ਕਮਾਨੂੰ ਛੇੜੇਗਾ ਤਾਂ ਕਹਾ ਅਸੀਂ ਛੱਡੇਗਾ ਇਸ ਨੂੰ, ਬਾਤਾਂ ਮਾਰ ਰਿਹਾ ਕਹਾ ਨਿਉ ਕਰਦੇ ਨਿਉ ਕਰਦੇ ਚੁੰਗ ਕਹਿ ਰਿਹਾ ਕਹਾ ਵੀਰ। ਜੋ ਜਿਹੜਾ ਮੁੱਖ ਮੰਤਰੀ ਪਟਿਆਲਾ ਰਾਜਾ ਅਮਰਿੰਦਰ ਕਹਾ ਇਸਕੇ ਜ਼ਰੀਏ ਕਹਾ ਸਿੱਧੂ ਇਮਰਾਨ ਖਾਨ ਤੱਕ ਸੰਦੇਸ਼ ਜਾ, ਉਹਨੂੰ ਕਹਾ ਜਾ ਕੇ ਵੀ ਤਾਂ ਕਰਕੇ ਗੱਲ, ਇਹਨੂੰ ਲਾਇਆ ਵਾ ਮੂਹਰੇ ਕਹਾ, ਜੋ ਤਾਂ ਮੂਹਰੇ ਰੱਖਿਆ ਵਾ ਕਹਾ ਸਿੱਧੂ, ਜੋ ਜਾ ਉੱਥੇ ਜਾ ਕੇ ਗੱਲ ਕਰਕੇ ਆਵਾ ਕਹਾ, ਤਾਂ ਹੀ ਪਾਕਿਸਤਾਨ ਕਹਾ ਵੀ ਇਸਕੇ ਵਿੱਚ ਮੈਂ ਜੋ ਜਿਹੜੀ ਗੱਲਾਂ ਬਾਤਾਂ ਵਾ ਸਾਰੀ ਇੱਧਰ ਉੱਧਰ ਭੇਜ ਰਹੇ ਕਹਾ, ਕਮਾਂ ਨੂੰ ਡਰ ਕਹਾ ਭਾਰਤ ਦੇ ਵਿੱਚ ਮੈਂ ਰਹਿ ਗਾ ਪਾਕਿਸਤਾਨ ਗੀਤਣਾ ਗਾਉਣ ਲੱਗ ਜਾ, ਕਿਤੇ ਉਹ ਪਤਾ ਥੋੜ੍ਹੀ ਕਰ ਕਿਆ ਗੱਲ, ਸ਼ੇਰ ਮਾਰ ਲਾ ਜਾ ਜਿੱਥਾ ਦੇ ਉਹਦੇ ਸ਼ੇਰ ਛੱਡ ਦਿਆ। ਆਰ ਵੀਰ ਜੋ ਬੀਤੇ ਦਿਨੀ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ, ਇਸ ਨੇ ਦਿੱਲੀ ਵਿੱਚ ਔਰੰਗਜ਼ੇਬ ਲੇਨ ਕਾ ਨਾਮ ਬਦਲ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਕਾ ਨਾਮ ਕਰਨ ਦਾ ਸਮਰਥਨ ਕਰਿਆ ਵੀ ਉਹ ਬਿਲਕੁਲ ਸਹੀ ਗਾ, ਗਲਤ ਕਹਾ ਉਹੀ ਬੋਰਡ ਔਰੰਗਜ਼ੇਬ ਕਾ ਬੋਰਡ ਲਾਇਆ ਵਾ, ਇਹ ਗਲਤ ਲਾਇਆ ਵਾ, ਜੇ ਸੜਕੇ ਉੱਪਰ ਕਹਿੰਦਾ ਬੋਰਡ ਨਹੀਂ ਹੋਣਾ ਚਾਹੀਦਾ ਗਾ, ਇਹ ਇਤਿਹਾਸ ਕਾ ਸਹੀ ਕਰੂਗਾ ਇਸ ਨੂੰ। ਇਹੋ ਕਹਿ ਲਓ ਵੀਰ ਬਈ ਚੁੰਗ ਸਾਹਿਬ ਨੇ ਬਹੁਤ ਕਾਂਗਰਸ ਤਬੇ ਲਾਏ ਕਹਾ ਵੀ ਉਹ ਤਾਂ ਵੀਰ ਬਸ ਪੁੱਛੋ ਨਾ ਕੁਛ, ਉਹ ਤਾਂ ਕਿਆ ਕਰਨੇ ਫਿਰ ਰਹੇ, ਇਹਨੂੰ ਕਦੋਂ ਹੱਥ ਖੜੇ। ਔਰ ਉੱਧਰ ਕਬੱਡੀ ਮੈਚ ਚੱਲ ਰਹੇ ਵੀਰ ਈਵ ਲੁਧਿਆਣੇ ਵਿੱਚ, ਮੈਂ 10 ਵਜੇ ਦੇ ਬਾਅਦ ਜਨਾਨੀਆਂ ਜੇ ਇਹਨਾਂ ਨੇ ਆਪਣੇ ਘਰ ਨੂੰ ਜਾਣਾ, ਇਹ ਜਨਾਨੀਆਂ ਲੋੜ ਨਹੀਂ ਚੱਕਰ ਪੈਣਗੀ, ਇਹ ਜਨਾਨੀਆਂ ਨੇ ਵੀਰੇ ਹੈਲਪਲਾਈਨ ਨੰਬਰ ਲਾਗੂ ਕਰਤਿਆ। ਔਰ ਉੱਥਾਂ ਲੁਧਿਆਣੇ ਪੁਲਿਸ ਕਮਿਸ਼ਨਰ ਕੇਸ ਅਗਰਵਾਲ ਇਸਨੇ ਕਿਹਾ ਵੀਰ ਕਾ ਟੈਲੀਫੋਨ ਨੰਬਰ ਨੋਟ ਕਰੋ, ਜਨਾਨੀਆਂ ਰਾਤ ਨੂੰ ਲੇਟ ਹੋ ਰਹੀਆਂ ਤਾਂ ਨੰਬਰ 7837010585
ਜਾਂ ਫਿਰ ਕਹਾ ਵੀ 1091 ਵਾਰ ਟੈਲੀਫੋਨ ਕਰੋ, ਕਹਾ ਵੀ ਜੇ ਯਾਤਰਾ ਕਰ ਰਹੇ ਡਰ ਲੱਗ ਰਿਹਾ ਕਿਸੇ, ਕਹਾ ਪੁਲਿਸ ਸੁਰੱਖਿਆ ਮਿਲੇਗੀ ਤੁਹਾਨੂੰ, ਜਨਾਨੀਆਂ ਲਾ ਦੇਗਾ ਪੂਰਾ, ਪੁਲਿਸ ਵਾਲਾ ਲਾਵੇਗਾ ਥਾਰੇ ਪਾ, ਹਰੀ ਰਾਖੀ ਕਰੇਗੇ ਪੁਲਿਸ ਵਾਲੇ, ਆ ਕਰ ਬਿਲਕੁਲ ਟੈਸਟ ਕਰਨ ਦੀ ਲੋੜ ਨਹੀਂ ਵੀਰ। ਚੰਗਾ ਵੀਰ ਮੈਂ ਚਲਾਂ, ਬਾਕੀ ਖਬਰਾਂ ਤੁਹਾਨੂੰ ਇਸਤਰੀ ਸੁਣਾਉਂਦਾ ਰਹਾਂਗਾ, ਕੱਲ੍ਹ ਇਸੀ ਟਾਈਮ ਫੇਰ ਆਵਾਂਗਾ ਆਰ ਮਾਰੇ ਚੈਨਲ ਦਿਨ ਭਰ ਖਬਰਾਂ ਚੱਲਾਂ, ਸਾਰਾ ਦਿਨ ਲੱਡੇਗੀਆਂ, ਔਰ ਕਹਿ ਲਓ ਵੀ ਕੈਪਟਨ ਅਮਰਿੰਦਰ ਵੇਚ ਰਿਹਾ ਸਾਮਲਾਟ, ਮੋਦੀ ਵੇਚ ਰਿਹਾ ਏਅਰਪੋਰਟ, ਜੋ ਅੱਜ ਦਾ ਟਾਈਟਲ, ਸਾਰਿਆਂ ਨੂੰ ਵੀ ਪਿਆਰ ਭਰੀ ਲੱਡੇਗੀ, ਸਤਿ ਸ੍ਰੀ ਅਕਾਲ। ਮਾਤਾ ਜੀ ਪੂਜਾ ਦੇਵੀ, ਕਾਲੀ ਉਪਾਸਕ, ਹਰ ਸਮੱਸਿਆ ਦਾ ਸਮਾਧਾਨ 2 ਘੰਟਿਆਂ 'ਚ ਘਰ ਬੈਠੇ ਕਰਵਾਓ, ਕਾਰੋਬਾਰ ਵਿੱਚ ਰੁਕਾਵਟ, ਵਸ਼ੀਕਰਨ ਕਰਾਉਣਾ ਜਾਂ ਤੁੜਵਾਉਣਾ, ਕੀਤਾ ਕਰਵਾਇਆ ਸੰਤਾਨਹੀਨਤਾ, ਸੱਸ ਨੂੰ ਅਤੇ ਪਤੀ ਪਤਨੀ 'ਚ ਅਣਬਣ, ਗੁਪਤ ਰੋਗ, ਲਾਟਰੀ ਨੰਬਰ, ਕੋਰਟ ਕੇਸ, ਤਲਾਕ ਕਰਵਾਉਣਾ ਜਾਂ ਨਾ ਕਰਵਾਉਣਾ, ਖੋ ਚੁੱਕਿਆ ਪਿਆਰ, ਪਿਆਰ ਵਿੱਚ ਧੋਖਾ, ਗੁਪਤ ਰੋਗਾਂ ਤੋਂ ਪਰੇਸ਼ਾਨ, ਸੋਤਨ ਜਾਂ ਦੁਸ਼ਮਣ ਤੋਂ ਛੁਟਕਾਰਾ, ਹਰ ਸਮੱਸਿਆ ਦਾ ਘਰ ਬੈਠੇ ਸਮਾਧਾਨ ਕਰਵਾਓ। ਮਾਤਾ ਜੀ ਪੂਜਾ ਦੇਵੀ, ਕਾਲੀ ਉਪਾਸਕ, ਅੱਜ ਹੀ ਫੋਨ ਕਰੋ 8146707 0782।